15 ਕਿੱਲਿਆਂ ਵਿੱਚ ਫੁਆਰਾ ਸਿਸਟਮ ਅਸਾਂ ਲਾਇਆ ਹੈ। ਗਵਰਨਮੈਂਟ ਨੇ ਸਾਨੂੰ ਦਿੱਤਾ ਹੈ 40% ਅਸਾਂ ਦਿੱਤਾ ਹੀ, 60% ਗਵਰਨਮੈਂਟ ਦਿੱਤਾ। 2 ਸਾਲਾਂ ਦੇ ਵਿੱਚ ਅਸੀਂ ਆਲੂ ਦਾ ਫਸਲ ਜਿਹੜਾ ਹੈ ਉਹ 130-135 ਬੋਰੀਆਂ 1 ਏਕੜ ਵਿੱਚੋਂ ਅਸੀਂ ਕੱਢਣੇ ਆ ਪਏ। 7 ਕਿੱਲਿਆਂ 'ਚ ਬਾਗ ਲਾਇਆ ਮਿੱਠਿਆਂ ਦਾ। ਸਾਡੇ ਬਾਗ ਦਾ ਅੱਲਾ ਦੇ ਫਜ਼ਲ ਨਾਲ ਸਾਵਾ ਰੰਗ ਰਹਿੰਦਾ ਅਤੇ ਦਾਣਾ ਮੋਟਾ ਹੋ ਜਾਂਦਾ। ਬੇਹੱਦ ਫਾਇਦੇ ਨੇ ਇਹਦੇ ਜ਼ਿਮੀਦਾਰ ਵਾਸਤੇ। ਜੇ ਕੋਈ ਮਾਲਕ 40% ਭਰ ਸਕਦਾ ਹੋਵੇ, 60 ਗਵਰਨਮੈਂਟ ਦਿੰਦੀ ਹੈ, ਇਹਦੀਆਂ ਵੱਡੇ ਹੋਰ ਨਫ਼ਾ ਕਿਹੜਾ ਹੈ? ਮਹਿਕਮਾ ਜ਼ਰਾਤ, ਹਕੂਮਤ ਪੰਜਾਬ।